हूँ, मेरे सिर से इंजेक्ट हो रहा है, मैंने फील हो रहा है कि भी अंदर कुछ जा रहा है पर दर्द नहीं फील हो रहा। जिहड़े भरा कहिंदे ने वी दर्द हुंदा है हाँ ना, जिहड़े डरदे ने उन्हां नाल उन्हां लई मैं आह वीडियो बना रहेगा भी मैं पिया हूँ। मेरा एक जो पहला इंजैक्शन इन्हां ने सुन करन लई लाया सीगा उदों मेरे दर्द होया सी, मैनूं सूई दा पता लग्गिया सी। इह वारी मेरा जिहड़ा ब्लड सीगा इह ब्लड दे विचों प्लाज्मा अलग उपर आ गया ते ब्लड नीचे रह गया, इहनूं घुमा के मशीन दे विच ते हुण जिहड़ा पी आर पी लई अपना जिहड़ा यूज़ करना प्लाज्मा वो आह सैल ने उपरले येलो सैल ते इह येलो सैल द इंजैक्शन भर के मेरे सिर दे विच इंजैक्ट करांगे। बंपर दस दिओ ते मैं घरे पहुँच चुके हैगा। ये फ्रंट हिस्सा पूरा कंप्लीट हो गया, पिछे वाला भी कंप्लीट ही है लगभग, ये बस कल पिछे वाले बैक टायर लाने रहिंदे नेगे। दोस्तों जिंदगी दीयां खेडां दे विच इक वार फिर तुहाडा स्वागत है। वीडियो की शुरुआत करते हैं गल्लां बातां अज्ज तुहाडे नाल इह सांझी करनी ने। एक तां मेरे जिहड़ा हेयर ट्रांसप्लांट हैगा 20 दिन तो उपर हो चुके नेगे मेरे हेयर ट्रांसप्लांट कराए नूं। एक तां डॉक्टर कोल पी आर पी हुंदी है जिहड़ी उह थैरेपी करदे ने, उहदे बारे जानकारी देवांगे तुहानूं वी उह की चीज़ है ते ट्रांसप्लांट 20 दिनां दा रिजल्ट की है उही गल्लां बातां तुहाडे नाल सांझियां करांगे। ते जिहड़े ट्रैक्टरां दे अपने घरे काम चल रहे नेगे उह तुहानूं घरे जा के वापस जा के उह चीज़ां वी सारियां दिखावांगे। टायर टूर फिट हो चुके ने अपने ट्रैक्टर दे इक दे ते बस यही गल्लां बातां सांझियां करदे जल्दी जल्दी आपां डेलो चलदे आं। तुहानूं पता वी मैं डेलो तों आह ट्रांसप्लांट कराए सी हेयर ते डॉक्टर कोल चलदे आंगे ते उहनां तों गल्लबात करदे आं ते पी आर पी थैरेपी बारे वी दस्सांगे उहदे की फायदे ने की नुकसान नेगे उह चीज़ां सारियां तुहाडे नाल सांझियां करांगे, नाल बणे रहियो भाई। चलो जी डॉक्टर साहब कोल पहुँच चुके हैं आपां, की हाल वीरे? वधिया जी, वधिया। ते इहनां ने मेरा देख लिया सिर दा उह सारा, किवें आ कंडीशन हुण दस्सो? ठीक है भाजी, हुण ਜਿਹੜੇ ਆਪਾਂ ਲਾਏ ਸੀਗੇ ਗ੍ਰਾਫਟ ਉਹਨਾਂ ਦੇ ਵਿੱਚੋਂ 50-50 ਝੜ ਚੁੱਕੇ ਆ 50% ਤੁਹਾਡੇ। ਠੀਕ ਹੈ ਜੀ, ਠੀਕ ਆ। ਹੁਣ ਇਹ 3.5 ਮਹੀਨੇ ਦੇ ਗਰੋਥ ਸਟਾਰਟ ਕਰਨਗੇ। ਠੀਕ ਹੈ ਜੀ, 6 ਮੰਥ ਤੱਕ ਪੂਰਾ ਰਿਜ਼ਲਟ ਆਊਗਾ। ਠੀਕ ਹੈ, ਓਕੇ। ਤੇ ਅੱਜ ਤੁਹਾਡੀ ਆਪਾਂ ਪੀ ਆਰ ਪੀ ਕਰਦੇ ਹਾਂ। ਹਾਂਜੀ, ਬਾਕੀ ਹੇਅਰ ਪ੍ਰੋਡਕਟ ਅੱਜ ਸਟਾਰਟ ਕਰਾਂਗੇ ਤੁਹਾਡੇ। ਠੀਕ ਹੈ ਜੀ, ਠੀਕ ਹੈ। ਪਲਾਜ਼ਮਾ ਹੁੰਦਾ ਆਪਣਾ, ਇਹ ਆਪਾਂ ਤੁਹਾਡਾ ਬਲੱਡ ਲੈ ਕੇ ਨਾ ਉਹਦੇ ਪਲੇਲੈਟਸ ਕਰ ਲੈਣੇ ਆ ਅਲੱਗ ਸੈਂਟਰੀਫਿੰਗ ਕਰਕੇ। ਠੀਕ ਹੈ, ਉਹ ਆਪਾਂ ਸਿਰ ਦੇ ਵਿੱਚ ਇਹਦੇ 'ਚ 60-70% ਹੇਅਰ ਗਰੋਥ ਫੈਕਟਰ ਹੁੰਦੇ ਆ, ਉਹ ਆਪਾਂ ਇੰਜੈਕਟ ਕਰ ਦੇਣੇ ਆ। ਉਹਦੇ ਨਾਲ ਜਿਹੜੇ ਆਪਣੇ ਆਲਰੇਡੀ ਵਾਲ ਹੈਗੇ ਐਡਜਸਟਿੰਗ ਹੇਅਰ ਆ, ਨਾਲੇ ਤਾਂ ਉਹ ਝੜਨੋਂ ਰੁਕ ਜਾਣਗੇ ਅਤੇ ਨਾਲੇ ਗਰੋਥ ਵੱਧ ਜਾਣੀ ਆ ਉਹਨਾਂ ਦੀ। ਠੀਕ ਹੈ ਜੀ, ਅਤੇ ਇਹ ਕਿਹਨੂੰ ਕਿਹਨੂੰ ਕਰਵਾਉਣੀ ਚਾਹੀਦੀ ਹੈ? ਜਿਨ੍ਹਾਂ ਦੇ ਵਾਲ ਝੜਦੇ ਆ ਉਹਨਾਂ ਨੂੰ ਵੀ ਕਰਵਾਉਣੇ ਚਾਹੀਦੇ ਆ, ਜਾਂ ਆਪਾਂ ਟਰਾਂਸਪਲਾਂਟ ਕਰਦੇ ਹਾਂ ਜਿਹੜੇ ਟਰਾਂਸਪਲਾਂਟਡ ਹੇਅਰ ਨੇ ਉਹ ਨਾਲ ਗਰੋਥ ਬਹੁਤ ਵਧੀਆ ਕਰਦੇ ਆ। ਠੀਕ ਹੈ ਜੀ, ਠੀਕ ਹੈ। ਅਤੇ ਇੱਕ ਵਾਰ ਤੁਸੀਂ ਹੁਣ ਕੈਮਰਾ ਤੁਸੀਂ ਫੜ ਲਿਓ, ਅਭਿਨੇ ਫੜਿਓ ਤੁਸੀਂ ਇੱਕ ਵਾਰ, ਬਸ ਇੱਦਾਂ ਹੀ ਆ ਕੈਮਰੇ ਦੇ ਵਿੱਚ ਦਿਖਾ ਦਿਓ ਸਾਰਾ ਮੇਰੇ ਸਿਰ ਦਾ, ਮਾੜਾ ਜਿਹਾ ਸਮਝਾ ਦਿਓ ਸਿਰ ਬਾਰੇ ਕੀ ਕੀ ਹੋਇਆ ਅਤੇ ਆਪਣੇ ਪਹਿਲਾਂ ਵਿੱਚ ਮੈਂ ਫੋਟੋ ਪਾ ਦੂੰਗਾ। ਹਾਂਜੀ ਹਾਂਜੀ, ਅਤੇ ਆਪਣੇ ਹੁਣ ਭਾਜੀ ਦਾ ਆਪਾਂ ਸਾਰਾ ਹੀ ਟਰਾਂਸਪਲਾਂਟ ਕੀਤਾ ਹੈ ਇਹਨਾਂ ਦੇ, ਇੱਥੇ ਐਡਜਸਟ ਸਾਰਾ ਨੇੜੇ ਕਰਕੇ ਦਿਖਾ ਦੇ। ਅਤੇ ਆਹ ਵੀ ਡੈਂਸ ਕੀਤਾ ਸੀ ਆਪਾਂ, ਫਰੰਟ ਵੀ ਡੈਂਸ ਕੀਤਾ ਸੀ ਆਪਾਂ, ਸੈਂਟਰ ਦੇ ਵਿੱਚ ਓਨਲੀ ਫਿਲਿੰਗ ਕੀਤੀ ਸੀਗੀ। ਠੀਕ ਹੈ ਜੀ, ਬਾਕੀ ਆਹ ਹੁਣ ਜਿਹੜੀ ਕੰਡੀਸ਼ਨ ਆ, ਇੱਥੋਂ ਰੈਸਟ ਫਾਲ ਦੇ ਵਿੱਚ ਜਾਣਾ ਹੁੰਦਾ ਪੀਰੀਅਡ 'ਚ, ਇਹਨਾਂ ਨੇ ਗ੍ਰਾਫਟਾਂ ਨੇ ਭਾਜੀ ਜਿਹੜੇ ਝੜਨੇ ਸੀ ਉਹ ਝੜ ਚੁੱਕੇ ਆ, ਹੁਣ 3.5 ਮਹੀਨੇ ਦੀ ਗਰੋਥ ਸਟਾਰਟ ਕਰਨਗੇ। ਠੀਕ ਹੈ, 6 ਮੰਥ ਦੇ ਵਿੱਚ ਪੂਰੀ ਆਊਗੀ ਫੁੱਲ ਡੈਂਸ ਹੋ ਕੇ। ਠੀਕ ਹੈ, ਹਾਂਜੀ। ਤੇ ਮੈਂ ਆਪਣੀ ਇਹ ਜਿਵੇਂ ਕੱਢੇ ਸੀ ਜਿੱਥੋਂ ਉੱਥੇ ਦੇਖਿਓ ਮਾੜਾ ਜਿਹਾ ਵੀ ਕਿਵੇਂ ਹੈਗਾ ਭਾਜੀ? ਬੰਦ ਹੋ ਗਏ, ਕੋਈ ਨਾ ਚੱਲ ਰਹੀ ਸਕਰੀਨ ਤੋਂ ਭਾਜੀ, ਬੈਕ ਤੋਂ ਓਕੇ ਪੋਜੀਸ਼ਨ। ਅੱਛਾ ਜੀ, ਤੁਹਾਨੂੰ ਕੋਈ ਦੱਸੋ? ਬਸ ਮੈਨੂੰ ਨਾ ਥੋੜਾ ਥੋੜਾ ਜਿਵੇਂ ਐਵੇਂ ਹੱਥ ਫੇਰਨ ਨੂੰ ਦਿਲ ਕਰਦਾ ਰਹਿੰਦਾ ਹੈਗਾ, ਖਾਸ ਨਹੀਂ ਹੁੰਦੀ ਹੋ ਰਹੀ ਭਾਜੀ। ਉਹ ਮਾੜੀ ਮੋਟੀ ਹੋਊਗੀ ਕਿਉਂਕਿ ਜਦੋਂ ਆਪਾਂ ਪਿੱਛੋਂ ਗ੍ਰਾਫਟ ਕੱਢਦੇ ਆ ਕੋਈ ਰੂਟ ਅੰਦਰ ਟੁੱਟ ਗਈ ਉਹ ਬਾਅਦ ਚੋਂ ਗਰੋਥ ਹੁੰਦੀ ਆ, ਉਹਦੇ ਨਾਲ ਮਾੜੀ ਚੁਭਣ ਜੀ ਹੁੰਦੀ ਹੈ। ਠੀਕ ਹੈ, ਇਹ ਮੇਰੇ ਉਰੇ ਵੀ ਹੁੰਦੀ ਹੈ, ਇੱਥੇ ਵੀ ਮਾੜੀ ਬਹੁਤ ਜ਼ਿਆਦਾ ਚੁਭਣ ਹੁੰਦੀ ਹੈ। ਜਿਹੜੀ ਆਪਾਂ ਰੂਟ ਮੰਨ ਲਓ 3 ਵਾਲੀ ਪਾਈ ਆ, ਉਹ ਵਿੱਚੋਂ 2 ਵਾਲੀ ਸੀਗੀ, ਇੱਕ ਰੂਟ ਵਿੱਚੋਂ ਸਕਿਨ ਪਾੜ ਕੇ ਨਿਕਲਦੀ ਉਦੋਂ ਹੁੰਦੀ। ਅੱਛਾ, ਨਿਕਲਦੀ ਆ ਸਕਿਨ, ਥੋੜਾ ਬਹੁਤ ਹਲਕੀ ਸਹੀ ਬੰਦੇ ਨੇ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਠੀਕ ਹੈ ਠੀਕ ਹੈ। ਚਲੋ ਤੇ ਬਾਕੀ ਹੁਣ ਦੇਖ ਲਓ ਪੀ ਆਰ ਪੀ। ਹਾਂਜੀ ਭਾਜੀ, ਹਾਂਜੀ ਲਿਆ ਦੱਸ। ਹੁਣ ਇੱਧਰੋਂ ਬਲੱਡ ਦਾ ਸੈਂਪਲ ਮੇਰੀ ਬਾਂਹ ਦੇ ਵਿੱਚੋਂ ਲੈ ਲਿਆ ਹੈਗਾ, ਜਿਹੜਾ ਪੀ ਆਰ ਪੀ ਦਾ ਪ੍ਰੋਸੈਸ ਹੈ ਉਹ ਦੱਸ ਰਿਹਾ ਤੁਹਾਨੂੰ। ਅਤੇ ਉਰੇ ਬਾਂਹ ਦੇ ਵਿੱਚ ਬਲੱਡ ਲੈ ਲਿਆ ਸੈਂਪਲ,
ਤੇ ਇਹਨੂੰ ਇਹਨੂੰ ਹੁਣ ਘੁਮਾਇਆ ਜਾਊ ਡਾਕਟਰ ਸਾਹਿਬ ਦੀ ਮਸ਼ੀਨ ਦੇ ਵਿੱਚ ਆਪਾਂ ਦੇਸੀ ਪੰਜਾਬੀ ਚ ਆਪਾਂ ਜੇ ਗੱਲ ਕਰੀਏ ਮਸ਼ੀਨ ਦੇ ਵਿੱਚ ਘੁਮਾ ਕੇ ਆਪਾਂ ਇਹਦੇ ਚੋਂ ਪਲਾਜ਼ਮਾ ਕੱਢਣਾ ਠੀਕ ਹੈ ਇਹਨੂੰ ਮਸ਼ੀਨ ਦੇ ਵਿੱਚ ਘੁਮਾ ਕੇ ਇਹਨੂੰ ਜਿਹੜਾ ਰੈੱਡ ਹੈਗਾ ਉਹ ਥੱਲੇ ਰਹਿ ਜਾਊਗਾ ਹਾਂਜੀ ਜੈਲੋ ਵਾਲਾ ਉੱਪਰ ਆ ਜਾਊਗਾ ਉਹ ਆਪਾਂ ਦਿਖਾਵਾਂਗੇ ਤੁਹਾਨੂੰ ਠੀਕ ਹੈ ਠੀਕ ਹੈ ਤੇ ਇਹ ਨੰਬਰ ਨੇਗੇ ਡਾਕਟਰ ਸਾਹਿਬ ਦੇ ਆਪਣਾ ਇੰਨੇ ਪੀ ਆਰ ਪੀ ਵਾਲਾ ਜਿਹੜਾ ਬਲੱਡ ਪਲਾਜ਼ਮਾ ਅਲੱਗ ਅਲੱਗ ਕਰ ਰਹੇ ਨੇਗੇ ਅਤੇ ਬਾਕੀ ਇਹ ਨੰਬਰ ਨੇਗੇ 88 472 51 68 84 268 12 102 ਜੇ ਕੋਈ ਵੀ ਤੁਸੀਂ ਇਹ ਵਾਲਾਂ ਬਾਰੇ ਸਲਾਹ ਲੈਣੀ ਆ ਕਾਲ ਤੁਹਾਡੀ ਤੁਸੀਂ ਆਪ ਪੀ ਆਰ ਪੀ ਕਰਾਉਣਾ ਚਾਹੁੰਦੇ ਜਾਂ ਟਰਾਂਸਪਲਾਂਟ ਕਰਾਉਣਾ ਚਾਹੁੰਦੇ ਹੋ ਸਾਰੀ ਗੱਲਬਾਤ ਇਹ ਨੰਬਰਾਂ 'ਤੇ ਤੁਸੀਂ ਕਰ ਸਕਦੇ ਹੋ ਅਤੇ ਨਾਲੇ ਪਰ ਪਤਾ ਲੱਗ ਜੂਗਾ ਮੈਂ ਹੁਣ ਬਈ ਉਹਦੇ ਉੱਤੇ ਲੇਟ ਗਏ ਗਾ ਓਪਰੇਸ਼ਨ ਵਾਲੇ ਅਤੇ ਬੈੱਡ 'ਤੇ ਅਤੇ ਡਾਕਟਰ ਸਾਹਿਬ ਨੇ ਇੱਕ ਵਾਰ ਫੋਨ ਕਰ ਲਿਆ ਮੇਰਾ ਸਿਰ ਅਤੇ ਫੋਨ ਕਰਨ ਤੋਂ ਬਾਅਦ ਐਂ ਨਾਲੋ ਵੀ ਹਾਂ ਮੈਨੂੰ ਥੋੜ੍ਹਾ ਥੋੜ੍ਹਾ ਉਹ ਲੱਗਣ ਲੱਗ ਗਿਆ ਭਾਰਾ ਜਿਹਾ ਨਹੀਂ ਕੋਈ ਪੇਨ ਨਹੀਂ ਹੋ ਰਹੀ ਉਹਦੇ ਕੀ ਕਰ ਰਹੇ ਹੁਣ ਅੱਛਾ ਇਹ ਜਿਹੜੇ ਭਰਾ ਕਹਿੰਦੇ ਨੇ ਵੀ ਦਰਦ ਹੁੰਦਾ ਆ ਹੈ ਨਾ ਜਿਹੜੇ ਡਰਦੇ ਨੇ ਉਹਨਾਂ ਨਾਲ ਉਹਨਾਂ ਲਈ ਮੈਂ ਆਹ ਵੀਡੀਓ ਬਣਾ ਰਹੇਗਾ ਵੀ ਮੈਂ ਪਿਆ ਹੁਣ ਮੇਰਾ ਇੱਕ ਜਦੋਂ ਪਹਿਲਾਂ ਇੰਜੈਕਸ਼ਨ ਇਹਨਾਂ ਨੇ ਸੁਣ ਕਰਨ ਲਈ ਲਾਇਆ ਸੀਗਾ ਉਦੋਂ ਮੇਰੇ ਦਰਦ ਹੋਇਆ ਸੀ ਮੈਨੂੰ ਸੂਈ ਦਾ ਪਤਾ ਲੱਗਿਆ ਸੀਗਾ ਅਤੇ ਹੁਣ ਮੈਨੂੰ ਬਈ ਮੇਰੇ ਸਿਰ 'ਚ ਕੁਛ ਵੀ ਕਰ ਰਹੇ ਨੇ ਮੈਨੂੰ ਕੁਛ ਵੀ ਪਤਾ ਨਹੀਂ ਲੱਗ ਰਿਹਾ ਹੈਗਾ ਇਹਦਾ ਵੀ ਕੋਈ ਦਰਦ ਨਹੀਂ ਹੋ ਰਿਹਾ ਸੀਗਾ ਮੇਰੇ ਹੁਣ ਜੇ ਇਹਨਾਂ ਨੇ ਦੁਬਾਰੇ ਕਰਿਆ ਅਤੇ ਆਹ ਹਲਕਾ ਫੁਲਕਾ ਜਿਵੇਂ ਜਦੋਂ ਪਹਿਲਾਂ ਪਹਿਲੀ ਸਰਿੰਜ ਸੁਣ ਕਰਨ ਵਾਸਤੇ ਲੱਗਦੀ ਹੈਗੀ ਉਦੋਂ ਮੈਨੂੰ ਬਹੁਤ ਫੀਲ ਹੋਇਆ ਸੀਗਾ ਬਹੁਤ ਬਹੁਤ ਮਤਲਬ ਵੀ ਜਿਵੇਂ ਆਪਣਾ ਟੀਕਾ ਲੱਗਦਾ ਉਵੇਂ ਫੀਲ ਹੋਇਆ ਸੀਗਾ ਇਹ ਵਾਰੀ ਮੇਰਾ ਜਿਹੜਾ ਬਲੱਡ ਸੀਗਾ ਇਹ ਬਲੱਡ ਦੇ ਵਿੱਚੋਂ ਪਲਾਜ਼ਮਾ ਅਲੱਗ ਉੱਪਰ ਆ ਗਿਆ ਅਤੇ ਬਲੱਡ ਨੀਚੇ ਰਹਿ ਗਿਆ ਇਹਨੂੰ ਘੁਮਾ ਕੇ ਮਸ਼ੀਨ ਦੇ ਵਿੱਚ ਅਤੇ ਹੁਣ ਜਿਹੜਾ ਪੀ ਆਰ ਪੀ ਲਈ ਆਪਣਾ ਜਿਹੜਾ ਯੂਜ਼ ਕਰਨਾ ਪਲਾਜ਼ਮਾ ਉਹ ਆਹ ਸੈੱਲ ਨੇ ਉੱਪਰ ਦੇ ਯੈਲੋ ਸੈੱਲ ਅਤੇ ਇਹ ਯੈਲੋ ਸੈੱਲ ਦਾ ਇੰਜੈਕਸ਼ਨ ਭਰ ਕੇ ਮੇਰੇ ਸਿਰ ਦੇ ਵਿੱਚ ਇੰਜੈਕਟ ਹੋਣਗੇ ਅਤੇ ਇਹਦੇ ਨਾਲ ਇਹ ਜਿਹੜੇ ਆਪਣੇ ਉੱਪਰ ਸਿਰ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਵੀ ਸੈੱਲ ਵੀ ਸੈੱਲਾਂ ਦੀ ਕਮੀ ਕਰਕੇ ਜਾਂ ਜਿਹੜੇ ਵੀ ਹਨ ਡਾਕਟਰ ਸਾਹਿਬ ਕੀ ਕਹਿੰਦੇ ਹੁੰਦੇ ਆਪਾਂ ਇਹਨੂੰ ਹੇਅਰ ਗਰੋਥ ਫੈਕਟਰ ਹੁੰਦੇ ਆ ਭਾਅ ਜੀ ਇਹਨਾਂ ਦੇ ਵਿੱਚ ਹਾਂਜੀ ਅਤੇ ਉਹਦੇ ਨਾਲ ਹੇਅਰ ਦੀ ਗਰੋਥ ਵੱਧ ਜਾਂਦੀ ਆ ਠੀਕ ਹੈ ਜੀ ਠੀਕ ਹੈ ਜਿਹੜੇ ਆਪਣੇ ਤੁਹਾਡੇ ਐਡਜਸਟਿੰਗ ਹੇਅਰ ਨੇ ਜਾਂ ਹੇਅਰ ਫਾਲ ਹੋਇਆ ਹੋਇਆ ਪਹਿਲਾਂ ਹਾਂਜੀ ਹਾਂਜੀ ਉਹ ਬਿਲਕੁਲ ਬੰਦ ਹੋ ਜਾਂਦਾ ਜਿਹੜੇ ਥਿਨ ਹੇਅਰ ਆ ਉਹ ਮੋਟੇ ਹੋ ਜਾਂਦੇ ਆ ਇਹਨਾਂ ਨਾਲ ਬਸ ਠੀਕ ਹੈ ਤੇ ਇਹਦਾ ਵੀ ਹੁਣ ਤੁਸੀਂ ਬਸ ਇਹ ਇੰਜੈਕਟ ਕਰੋਗੇ ਮੇਰੇ ਸਿਰ ਦੇ ਵਿੱਚ ਹੁਣ ਹਾਂਜੀ ਠੀਕ ਹੈ ਇਹ ਕਾਰਨ ਕੀ ਹੁੰਦਾ ਡਾਕਟਰ ਸਾਹਿਬ ਜਿਵੇਂ ਵੀ ਇਹ ਝੜਨ ਦਾ ਝੜਨ ਦੇ ਭਾਅ ਜੀ ਕਾਰਨ ਇੱਕ ਤਾਂ ਆਪਾਂ ਲਾ ਲਈਏ ਵੀ ਕਿਤੇ ਆਪਾਂ ਪਾਣੀ ਦਾ ਖਾਰਾ ਖੁਰਾ ਪਾਣੀ ਜਿੱਥੇ ਆਪਾਂ ਆਊਟ ਆਫ ਸਟੇਟ ਚਲੇ ਜਾਂਦੇ ਹਾਂ ਅੱਛਾ ਜੀ ਤਾਂ ਵੀ ਵਾਲ ਝੜਦੇ ਆ ਜਾਂ ਫੈਮਿਲੀ ਦੇ ਵਿੱਚ ਭਾਅ ਜੀ ਫਾਦਰ ਦੇ ਝੜੇ ਹੋਣ ਓਕੇ ਜਾਂ ਮਾਮੇ ਸਾਈਡ ਨਾਨਕਿਆਂ ਦੇ ਠੀਕ ਹੈ ਜਨਾਇਟਿਸ ਹੈਰੀਡਿਟਰੀ ਕਾਰਨ ਵੀ ਹੋ ਜਾਂਦੇ ਆ ਹਾਂਜੀ 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 ਬਾਕੀ ਵਿਟਾਮਿਨ ਡੀ ਵਿਟਾਮਿਨ ਐਚ ਦੀ ਘਾਟ ਨਾਲ ਬਾਇਓਡੀਨ ਦੀ ਘਾਟ ਨਾਲ ਭਾਜੀ ਬਹੁਤ ਜ਼ਿਆਦਾ ਹੇਅਰ ਫਾਲ ਹੁੰਦਾ ਇੱਕ ਜੇ ਬੰਦੇ ਨੇ ਕਦੇ ਟਾਈਫਾਇਡ ਹੁੰਦਾ ਜਦੋਂ ਉਹਦੀ ਮੈਡੀਸਿਨ ਖਾਧੀ ਆ ਉਹ ਬੰਦਿਆਂ ਦੇ ਵੀ ਵਾਲ ਬਹੁਤ ਜ਼ਿਆਦਾ ਝੜਦੇ ਟਾਈਫਾਇਡ ਤਾਂ ਮੋਸਟਲੀ ਸਾਰਿਆਂ ਨੂੰ ਹੋਈ ਹੁੰਦੀ ਮੈਡੀਸਿਨ ਵੀ ਬਹੁਤ ਉਹਦੀ ਮੈਡੀਸਿਨ ਨਾਲ ਬਹੁਤ ਵਾਲ ਝੜਦੇ ਆ ਉਹਦੇ ਨਾਲ ਤਾਂ ਪਤਾ ਵਧੀਆ ਥੋੜਾ ਹੀ ਕਰਾ ਲਿਆ ਕਰੀਏ ਨਾ ਜੇ ਪਹਿਲਾਂ ਪਿੰਡਾਂ 'ਚ ਆਪਣੇ ਪਿੱਪਲ ਦਾ ਪਾਣੀ ਭਰ ਕੇ ਬੋਤਲ ਚ ਘੱਟਦੇ ਸੀ ਉਹਦੇ ਨਾਲ ਤਾਂ ਉਹੀ ਸੀ ਟਾਈਫਾਇਡ ਨਾਲ ਬਹੁਤ ਹੇਅਰ ਜਾਣੀ ਕਿ ਫਾਲ ਹੁੰਦਾ ਓਕੇ ਠੀਕ ਹੈ ਜੀ ਉਹ ਮੈਡੀਸਨ ਦਾ ਹੁਣ ਇਹ ਨਹੀਂ ਪਤਾ ਮੈਡੀਸਨ ਜ਼ਿਆਦਾ ਕੀ ਪ੍ਰੋਬਲਮ ਹੈ ਉਹਦੀ ਕਈਆਂ ਦੇ ਪੇਸ਼ੈਂਟ ਉੱਥੇ ਹੁੰਦੇ ਆ ਟਾਈਫਾਇਡ ਤੋਂ ਬਾਅਦ ਉਹਨਾਂ ਨੂੰ ਹੇਅਰ ਫਾਲ ਹੋ ਜਾਂਦਾ ਅੱਛਾ ਜੀ ਤੇ ਤੁਸੀਂ ਹੁਣ ਇੰਜੈਕਟ ਕਰ ਰਹੇ ਹੋਗੇ ਹਾਂਜੀ ਠੀਕ ਹੈ ਤੇ ਮੈਨੂੰ ਕੋਈ ਪੇਨ ਨਹੀਂ ਹੋ ਰਹੀ ਦੇਖੋ ਮੇਰੇ ਫੇਸ ਤੇ ਕੋਈ ਰਿਐਕਸ਼ਨ ਨਹੀਂ ਆ ਰਿਹਾ ਤੇ ਉੱਧਰ ਇੰਜੈਕਸ਼ਨ ਲੱਗ ਰਹੇ ਨੇ ਦੇਖੋ ਅਤੇ ਬਾਈ ਇਹੀ ਚੀਜ਼ ਹੈ ਬਸ ਜਦੋਂ ਮੇਰਾ ਟਰਾਂਸਪਲਾਂਟ ਕੀਤਾ ਉਦੋਂ ਵੀ ਮੈਨੂੰ ਕੁਛ ਫੀਲ ਨਹੀਂ ਹੋਇਆ ਹੈਗਾ ਮੇਰੇ ਕੋਈ ਵੀ ਜਿਵੇਂ ਮੈਨੂੰ ਕੋਈ ਦਰਦ ਨਹੀਂ ਹੋਇਆ ਹੈਗਾ ਪਰ ਸਿਰਫ ਮੈਂ ਪਹਿਲਾਂ ਵੀ ਕਹਿ ਰਿਹਾ ਵੀ ਤੁਸੀਂ ਬਾਅਦ 'ਚੋਂ ਮੈਨੂੰ ਗਾਲਾਂ ਕੱਢੋ ਵੀ ਹਾਂ ਯਾਰ ਤੁਸੀਂ ਸਹੀ ਜਦੋਂ ਤੁਸੀਂ ਇੰਜੈਕਸ਼ਨ ਤੁਸੀਂ ਜਦੋਂ ਤੁਸੀਂ ਸੁੰਨ ਕਰਨ ਵਾਲਾ ਇੰਜੈਕਸ਼ਨ ਲਾਉਣਾ ਉਦੋਂ ਸੂਈਆਂ ਦਾ ਜਿਵੇਂ ਆਪਣੇ ਇੰਜੈਕਸ਼ਨ ਦਾ ਦਰਦ ਹੁੰਦਾ ਸਿਰਫ ਉੰਨਾ ਕੁ ਦਰਦ ਹੈ ਉਹ ਵੀ 15 ਸਕਿੰਟ ਤੋਂ ਲੈ ਕੇ 15-20 ਸੈਕਿੰਡ ਦਾ 15-20 ਸੈਕਿੰਡ ਤੱਕ ਦਾ ਉਹਨਾਂ ਕੋ ਉਹ ਤੁਹਾਨੂੰ ਮੁੱਠੀਆਂ ਬੰਦ ਕਰਨੀਆਂ ਪੈਣਗੀਆਂ ਅਤੇ ਹੁਣ ਮੇਰੇ ਸਿਰ 'ਚ ਇੰਜੈਕਟ ਹੋ ਰਿਹਾ ਮੈਨੂੰ ਫੀਲ ਹੋ ਰਿਹਾ ਕਿ ਵੀ ਅੰਦਰ ਕੁਛ ਜਾ ਰਿਹਾ ਹੈਗਾ ਪਰ ਦਰਦ ਨਹੀਂ ਫੀਲ ਹੋ ਰਿਹਾ ਅਤੇ ਮੈਨੂੰ ਲੱਗਦਾ ਇੱਦਾਂ ਦੀ ਵੀਡੀਓ ਡਾਕਟਰ ਸਾਹਿਬ ਕਿਸੇ ਨੇ ਬਣਾਈ ਵੀ ਨਹੀਂ ਹੋਣੀ ਇਸ ਤਰੀਕੇ ਦਾ ਡੈਮੋ ਤੁਹਾਨੂੰ ਯਾਰ ਲਾਈਕ ਹੁਣ ਸਬਸਕ੍ਰਾਈਬ ਕਰ ਦਿਓ ਫਿਰ ਇਸ ਨਾਲ ਤੇ ਆਪਣਾ ਚੈਨਲ ਅਤੇ ਲਾਈਕ ਕਰ ਦਿਓ ਅਤੇ ਜਿਨ੍ਹਾਂ ਨੇ ਵਾਲ ਲਵਾਉਣੇ ਉਹ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ ਆਪਣੇ ਤੋਂ ਬਾਅਦ ਜਿਵੇਂ ਮੈਂ ਆ ਕੇ ਗਿਆ ਕਿੰਨੇ ਬੰਦੇ ਲਵਾ ਗਏ ਜੀ ਆਪਣੇ
ਤੁਹਾਡੇ ਭਾਜੀ ਕਿੰਨੇ 4-5 ਕੇਸ ਤਾਂ ਆਪਣੇ ਆ ਗਏ। ਅੱਛਾ ਆਪਣੇ ਜਿਹੜੇ YouTube ਆਪਣੇ ਸਬਸਕ੍ਰਾਈਬਰ ਨੇ ਹਾਂਜੀ ਹਾਂਜੀ 4-5 ਸਬਸਕ੍ਰਾਈਬਰ ਤੁਹਾਡੇ ਕੋਲ ਆ ਚੁੱਕੇ ਨੇ। ਹਾਂਜੀ 2 PRP ਵਾਲੇ ਸਟਾਰਟ ਹੋ ਗਏ ਨੇ। ਅੱਛਾ ਜੀ ਤੇ 4 ਟ੍ਰਾਂਸਪਲਾਂਟ ਕਰਵਾ ਲਏ ਨੇ। ਤੇ ਅੱਛਾ ਉਹਨਾਂ ਨੂੰ ਵੀ ਇੱਕ ਸੱਚ PRP ਕਿੰਨੇ ਟਾਈਮ ਬਾਅਦ ਕਿੰਨੀ ਕਰਾਉਣੀ ਚਾਹੀਦੀ? 15-15 ਦਿਨਾਂ ਬਾਅਦ ਹੁੰਦੀ ਹੁੰਦੀ ਆ ਭਾਜੀ। 15-15 ਦਿਨਾਂ ਬਾਅਦ ਕਿੰਨੀ ਵਾਰ ਕਰਾਉਣੀ ਚਾਹੀਦੀ? 3 ਵਾਰੀ। ਮੈਨੂੰ ਥੋੜਾ ਹੈਵੀ ਚੁੱਕਣ ਲੱਗ ਗਿਆ। ਕੋਈ ਗੱਲ ਨੀ ਭਾਜੀ। ਠੀਕ ਹੈ ਉਦੋਂ ਆਪਾਂ ਸਪਰੇਅ ਕਰ ਦਿੰਦੇ ਗੱਲ। ਹਾਂਜੀ ਹਾਂਜੀ ਠੀਕ ਹੈ ਜੀ। ਉਹਦੇ ਉੱਪਰ ਹੀ ਹੋ ਜਾਂਦੀ ਹੈ ਜਦੋਂ ਆਪਾਂ ਹੋਲ ਕਰਦੇ ਆ ਨਾ। ਹਾਂਜੀ ਆਪਣੇ ਸਿਰ ਦੇ ਵਿੱਚ PRP ਹੋ ਗਈ ਹੈ। ਬਾਕੀ ਹੁਣ ਇਹਨੂੰ ਉਹ ਕਰ ਰਹੇ ਨੇ ਹਲੇ ਸਕਿਨ ਵੀ ਮੇਰੇ ਸਿਰ ਦੀ ਹਲੇ ਸੋਫਟ ਹੈ ਕਿ ਜ਼ਿਆਦਾ ਆਪਾਂ ਨੇ ਇਹਦਾ ਪੰਗੇ ਨਹੀਂ ਲੈਣੇ। ਬੈਠ ਜਾਓ ਭਾਜੀ। ਤੇ ਡਾਕਟਰ ਸਾਹਿਬ ਹੁਣ PRP ਮੇਰੀ ਹੋ ਚੁੱਕੀ ਹੈ। ਹਾਂਜੀ ਇਸ ਤੋਂ ਬਾਅਦ ਮੈਂ ਤੁਹਾਡੇ ਕੋਲ ਨੈਕਸਟ ਟਾਈਮ ਕਦੋਂ ਆਉਣਾਗਾ? ਆਪਾਂ ਭਾਜੀ ਹੁਣ ਤੁਹਾਡਾ ਜਦੋਂ 3 ਮਹੀਨੇ ਪੂਰੇ ਹੋ ਗਏ ਉਦੋਂ ਇੱਕ PRP ਕਰਾਂਗੇ। ਠੀਕ ਹੈ ਅੱਜ ਤੁਹਾਡੀ PRP ਹੋ ਚੁੱਕੀ ਹੈ ਨਾਲ ਮਲਟੀ ਵਿਟਾਮਿਨ ਬਾਇਓਡੀਨ ਵਗੈਰਾ ਤੁਸੀਂ 2 ਮੰਥ ਖਾਣੀ ਆ। ਠੀਕ ਹੈ ਮਿਲ ਕੇ ਇੱਕ ਟੈਬਲੇਟ ਹਰ ਰੋਜ਼। ਠੀਕ ਹੈ ਤੇ ਮੋਨੋਕਸੀਡਲ ਲੋਸ਼ਨ ਆ ਉਹ ਰਾਤ ਨੂੰ ਪੈਣ ਤੋਂ 1/2 ਘੰਟਾ ਪਹਿਲਾਂ ਲਾਉਣਾ ਆਪਾਂ। ਓਕੇ ਤੇ ਬਾਕੀ ਕੋਈ ਹੋਰ ਮੈਂ ਜਿਵੇਂ ਕੋਈ ਪਰਹੇਜ਼ ਬਸ ਇਹੀ ਆ ਡਰਿੰਕ ਨਹੀਂ ਕਰਨੀ ਸਮੋਕਿੰਗ ਵਗੈਰਾ ਤਾਂ ਜ਼ਿਆਦਾ ਹੈਵੀ ਚੀਜ਼ ਗਰਮ ਚੀਜ਼ ਤੋਂ ਪਰਹੇਜ਼ ਰੱਖਿਓ ਥੋੜਾ ਜਿਹਾ। ਭਾਰ ਨਹੀਂ ਚੱਕਣਾ ਭਾਰ ਨਹੀਂ ਚੱਕਣਾ ਭਾਰ ਮੈਂ ਅੱਜ ਇੰਜਨ ਚੱਕ ਲਿਆ ਟਰੈਕਟਰ। ਨਹੀਂ ਨਹੀਂ ਭਾਰ ਨਹੀਂ ਚੱਕਣਾ ਭਾਜੀ ਥੋੜਾ ਜਿਹਾ। ਹਾਂ ਪਾਣੀ ਅੱਜ ਦਾ ਦਿਨ ਤੁਸੀਂ ਸਿਰ ਦੇ ਵਿੱਚ ਪਾਣੀ ਨਹੀਂ ਪਾਉਣਾ ਗਾ। PRP ਕੀਤੀ ਆ ਸੁਬਹਾ ਪਾ ਸਕਦੇ ਹੋ 4 ਘੰਟੇ ਦਾ ਹੁੰਦਾ ਵਾ ਜਾਣੀ ਕਿ ਅੱਜ ਜਾ ਕੇ ਨਹਾਇਓ ਨਾ। ਗਰੇਵਾਲ ਹੇਅਰ ਟ੍ਰਾਂਸਪਲਾਂਟ ਸੈਂਟਰ ਸਾਨੇਵਾਲ ਰੋਡ ਮਿੰਨੀ ਟੈਂਪੂ ਸਟੈਂਡ ਆ ਉੱਥੇ। ਹਾਂਜੀ ਸਾਨੇਵਾਲ ਰੋਡ ਨਿਊ ਮਾਰਕੀਟ। ਹਾਂਜੀ ਸਾਨੇਵਾਲ ਰੋਡ ਤੇ। ਠੀਕ ਹੈ ਜੀ ਠੀਕ ਹੈ ਤੇ ਉੱਥੋਂ ਤੁਹਾਡੇ ਨਾਲ ਸੰਪਰਕ। ਹਾਂਜੀ ਸੰਪਰਕ ਕਰ ਸਕਦੇ ਆ ਗੂਗਲ ਦੇ ਉੱਪਰ ਮੈਪ ਤੇ ਗਰੇਵਾਲ ਹੇਅਰ ਟ੍ਰਾਂਸਪਲਾਂਟ ਸੈਂਟਰ ਪਰ ਉਹ ਲੋਕੇਸ਼ਨ ਆ ਜਾਏਗੀ ਤੇ ਤੁਸੀਂ ਉਰੇ ਆ ਸਕਦੇ ਹੋ। ਹਾਂਜੀ ਠੀਕ ਹੈ ਸਰ ਬਹੁਤ ਵਧੀਆ ਡਾਕਟਰ ਸਾਹਿਬ ਬਾਕੀ ਧੰਨਵਾਦ ਤੁਹਾਡਾ ਮੇਰੇ ਬਹੁਤ ਫਰਕ ਹੈ ਪਹਿਲਾਂ ਨਾਲੋਂ ਤੇ ਬਾਕੀ ਆਪਾਂ ਦੇਖਦੇ 3 ਮਹੀਨੇ ਚ ਆਪਣਾ ਭਾਜੀ ਲੁੱਕ ਜਮਾਂ ਚੇਂਜ ਹੋ ਜਾਣੀ ਆ। ਵਿਕਰਮ ਭਾਜੀ ਤੁਸੀਂ ਟੈਨਸ਼ਨ ਨਾ ਲਓ। ਠੀਕ ਹੈ ਜੀ ਹਾਂ ਅਜੇ ਹੁਣ ਝੜ ਗਏ ਆ ਇਹ ਰੈਸਟ ਫਾਲ ਚਲੇ ਗਏ ਆ ਨਾ। ਹਾਂਜੀ ਹਾਂਜੀ ਜੇ ਹੁਣ ਇਹਨਾਂ ਦੀ ਜਦੋਂ ਗਰੋਥ ਸਟਾਰਟ ਹੋ ਗਈ ਉਦੋਂ ਦੇਖਿਓ ਪੈਂਦੇ ਭੰਗੜੇ। ਤੇ ਲਓ ਜੀ PRP ਹੋ ਗਈ ਹੈਗੀ। ਬਾਕੀ ਵਾਲਾਂ ਬਾਰੇ ਤੁਹਾਨੂੰ ਦੱਸ ਦਿੱਤਾ ਵੀ ਇੱਕ ਵਾਰ 20 ਦਿਨਾਂ ਬਾਅਦ ਝੜਦੇ ਹੁੰਦੇ ਨੇਗੇ ਉਸ ਤੋਂ ਬਾਅਦ ਦੁਬਾਰਾ ਗਰੋਥ ਹੋ ਜਾਂਦੇ। ਹਾਂਜੀ ਤੋਂ ਕੀ ਲਏ ਸੀ? ਹਾਂ ਸਾਫ਼ ਹੋਈ ਪਈ ਆ। ਚਲੋ ਬੈਠੋ ਗੱਡੀ 'ਚ ਅਤੇ ਹੁਣ ਘਰੇ ਚੱਲਦੇ ਹਾਂ ਬਾਈ। ਘਰੇ ਜਾ ਕੇ ਦੇਖਦੇ ਹਾਂ ਕੰਮ ਕਾਰ ਸਾਰੇ। ਇਹਦਾ ਬੰਪਰ ਨਹੀਂ ਫਾਈਨਲ ਹੋਇਆ, ਇਹ ਬੰਪਰ ਦੱਸ ਦਿਓ ਅਤੇ ਮੈਂ ਘਰੇ ਪਹੁੰਚ ਚੁੱਕਿਆ ਹੈਗਾ। ਇਹਦੇ ਫਰੰਟ ਹਿੱਸਾ ਪੂਰਾ ਕੰਪਲੀਟ ਹੋ ਗਿਆ, ਪਿੱਛੇ ਵਾਲਾ ਵੀ ਕੰਪਲੀਟ ਹੀ ਆ ਲਗਭਗ। ਇਹਦੇ ਬਸ ਇਕੱਲੇ ਪਿੱਛੇ ਵਾਲੇ ਬੈਕ ਟਾਇਰ ਲਾਉਣੇ ਰਹਿੰਦੇ ਨੇਗੇ, ਫਿਰ ਉਸ ਤੋਂ ਬਾਅਦ ਬਰੀਕੀ ਕੰਮ ਸ਼ੁਰੂ ਹੋ ਜੂਗਾ, ਮੋਟਾ ਮੋਟਾ ਕੰਮ ਸਾਰਾ ਖਤਮ ਹੋ ਜਾਣਾ। ਅਤੇ ਇਹ ਰਮਨ ਵੀਰੇ ਵਾਲਾ ਜਿਹੜਾ ਫੋਰਡ ਹੈ ਇਹਦੇ 750 ਕਾਫੀ ਵੱਡਾ ਟਾਇਰ ਹੁੰਦਾ ਯਾਰ, 750-16 ਵਾਲਾ ਟਾਇਰ ਵੀ ਕਾਫੀ ਵੱਡਾ ਟਾਇਰ ਹੁੰਦਾ ਹੈਗਾ। ਅਤੇ ਮੂਹਰੇ 750-16 ਵਾਲਾ ਟਾਇਰ ਪਾ ਦਿੱਤਾ ਬਾਈ, ਅਤੇ ਇਹ 650-16 ਵਾਲਾ ਸਿੰਪਲ ਮੈਨੂੰ ਟਾਇਰ ਆ ਪਿਆ। ਆਹ ਦਿਖਾਉਣਾ ਤੁਹਾਨੂੰ ਇਹਦੇ ਮੁਕਾਬਲੇ ਕਿੰਨਾ ਵੱਡਾ ਟਾਇਰ ਹੈ, 750-16 ਅਤੇ 650, ਆਹ ਦੇਖੋ ਕਿੰਨਾ ਫਰਕ ਹੈ। ਆਹ ਇੱਕ 650-16 ਹੈਗਾ ਅਤੇ ਇੱਕ 750-16 ਹੈਗਾ, ਅਤੇ ਡਿਫਰੈਂਸ ਤੁਸੀਂ ਆਪ ਦੇਖ ਸਕਦੇ ਹੋ ਵੀ ਕਿੰਨਾ ਹੈਗਾ, ਸਾਈਜ਼ ਦਾ ਕਿੰਨਾ ਫਰਕ ਹੈਗਾ। ਅਤੇ ਕਾਫੀ ਵੱਡਾ ਟਾਇਰ ਹੈ ਵੀ, ਅਤੇ ਇਹ ਅੱਜ ਟਾਇਰ ਫਰੰਟ ਰਿਮ ਦੇ ਵਿੱਚ ਫਿੱਟ ਕਰਾ ਕੇ ਇਹਨੂੰ ਫਿੱਟ ਕਰ ਦਿੱਤਾ ਹੈਗਾ। ਅਤੇ ਰਿਮ ਵੀ ਓਰੀਜਨਲ ਜਿਹੜੇ ਫਾਰਮ ਟਰੈਕ ਵਾਲੇ ਰਿਮ ਹੁੰਦੇ ਨੇਗੇ, ਇਹ 2200 ਰੁਪਏ ਦਾ 2200 ਰੁਪਏ ਦਾ ਰਿਮ ਮਿਲ ਜਾਣਾ ਈਜ਼ੀਲੀ। ਇਸ ਟਾਈਮ 2200 ਰੇਟ ਹੈ ਇਹਦਾ, ਬਾਕੀ ਵੱਧਦਾ ਘੱਟਦਾ ਰਹਿੰਦਾ ਥੋੜ੍ਹਾ ਬਹੁਤ, 100-200 ਫਰਕ ਉੱਤੇ ਥੱਲੇ ਹੁੰਦਾ ਰਹਿੰਦਾ ਹੈਗਾ। ਅਤੇ 2200 ਰੁਪਏ ਦਾ ਇਹ ਰਿਮ ਹੈਗਾ ਇਹਦੇ ਵਿੱਚ ਯਾਰ। ਟਾਇਰਾਂ ਦਾ ਰੇਟ ਅੱਜ ਮੈਂ ਫਿਰ ਪੁੱਛਣਾ ਭੁੱਲ ਗਿਆ ਕਿਉਂਕਿ ਮੈਂ ਅੱਜ ਉੱਧਰ ਲੰਘ ਗਿਆ ਸੀਗਾ।
ਨੈਕਸਟ ਵੀਡੀਓ 'ਚ ਦੱਸ ਦਿਆਂਗਾ, ਪੇਮੈਂਟ ਵੀ ਕਰਨੀ ਹੈ ਹਲੇ ਟਾਇਰਾਂ ਦੀ, ਅਤੇ ਨੈਕਸਟ ਵੀਡੀਓ 'ਚ ਦੱਸ ਦਿਆਂਗਾ। ਅਤੇ ਇਹਦੇ ਪਿੱਛੇ ਵਾਲੇ ਵੀ ਐੱਮ ਆਰ ਐੱਫ ਦੇ ਟਾਇਰ ਨੇਗੇ, ਅਤੇ ਉਹ ਵੀ ਆਪਣੇ ਮੈਂ ਕੱਲ੍ਹ ਵਾਲੀ ਵੀਡੀਓ 'ਚ ਵੀ ਦਿਖਾਏ ਸੀ, ਮਗਰ ਫਿੱਟ ਹੋ ਚੁੱਕੇ ਨੇਗੇ। ਇਹਦੀ ਇੱਕ ਪ੍ਰੋਬਲਮ ਆਈ ਸਾਨੂੰ ਵੀਰੇ ਨੂੰ ਪੈਰ ਦਿਨ, ਜਿਹੜੇ ਇਹਦੇ ਵਾਲੇ ਸੀਗੇ, ਇੱਕ ਫੋਟੋ ਭੇਜੀ ਸੀ ਉਹਦੇ ਵਿੱਚ ਨੀਵੇਂ ਸੀਗੇ ਅਤੇ ਨੀਵੇਂ ਵਾਲੇ ਪਸੰਦ ਨੇ, ਅਤੇ ਆਪਾਂ ਨੇ ਹੁਣ ਕੀ ਕਰਨਾ ਹੈ ਇਹਦੇ ਵਾਸਤੇ, ਜਿਹੜੀ ਆਹ ਪੱਤੀ ਹੁੰਦੀ ਹੈ ਮਗਰਾਟ ਨੀਵੇਂ ਕਰਨੇ ਪੈਣਗੇ। ਹੁਣ ਮਗਰਾਟ ਆਪਣੇ 14 ਦੇ ਟਾਇਰਾਂ ਵਾਸਤੇ ਆਪਾਂ ਨੇ ਉੱਚੇ ਕਰ ਰੱਖੇ ਨੇਗੇ, ਥੱਲੇ ਗੁੜ ਕੇ ਲਾ ਕੇ ਦੇ, ਅਤੇ ਇਹਦੇ ਵਾਸਤੇ ਆਹ ਪੱਤੀ ਜਿਹੜੀ ਓਰਿਜਨਲ ਹੁੰਦੀ ਹੈਗੀ, ਉਹ ਜਿਹੜੀ ਓਰਿਜਨਲ ਨਹੀਂ ਹੁੰਦੀ ਹੈਗੀ, ਬਣਾਈ ਹੋਏ ਹੁੰਦੇ ਨੇ, ਲੋਹੇ ਤੋਂ ਬਣੇ ਹੁੰਦੇ ਨੇਗੇ। ਇਹ ਵੀ ਦਿਖਾਉਣਾ ਤੁਹਾਨੂੰ ਆਹ ਪੱਤੀ ਹੈ, ਇਹ ਜੇ ਤਾਂ ਇਹ ਐਵੇਂ ਫਿੱਟ ਕਰ ਦਿੰਦੇ ਹਾਂ ਆਹ ਤਾਂ ਜਾਣੀ ਹੈ, ਪਰ ਇਹਦੀਆਂ ਉੱਪਰਲੇ ਸਰਾਖ ਦਿਖੀ ਜਾਣਗੇ ਅਤੇ ਉਹ ਸਾਨੂੰ ਜਚਨੇ ਨਹੀਂ ਹੈਗੇ, ਅਤੇ ਇਹਦੇ ਕਰਕੇ ਕੋਈ ਹੋਰ ਕੋਈ ਨਵਾਂ ਜਗਾੜ ਲਾ ਕੇ ਦੇਖਦੇ ਹਾਂਗੇ ਉਰੇ ਬਣਾ ਕੇ ਇਹਨੂੰ। ਬਾਕੀ ਦਾ ਟਰੈਕਟਰ ਦੀ ਬੋਡੀ ਸਾਰੀ ਫਿੱਟ ਹੋ ਚੁੱਕੀ ਹੈ, ਅਤੇ ਇਹਦਾ ਕਿ ਮੈਂ ਕੱਲ੍ਹ ਵੀ ਕੱਲ੍ਹ ਵੀਡੀਓ ਦੱਸਿਆ ਸੀ ਵੀ ਇਹ ਚੇਂਜ ਕਿਉਂ ਨਹੀਂ ਕੀਤੀ, ਇਹਦੀ ਹਾਲੇ ਫਿਟਿੰਗ ਕਰ ਰਹੇ ਨੇਗੇ, ਇਹਦੀ ਸੈਟਿੰਗ ਕਰ ਰਹੇ ਨੇਗੇ। ਇਹ ਜਿਹੜੀ ਭੱਠੀ ਹੈਗੀ, ਜਿਹੜੇ ਟਰੈਕਟਰ ਹੁੰਦੇ ਨੇ ਪਹਿਲਾਂ ਪਿੱਛੇ ਨਹੀਂ ਸਲਾਂਸਰ ਹੁੰਦੇ, ਜਿਹੜੇ ਪੁਰਾਣੇ ਟਰੈਕਟਰ ਹੁੰਦੇ ਨੇ ਉਹਨਾਂ ਦੇ ਉਰੇ ਸਲਾਂਸਰ ਹੁੰਦਾ ਸਿੱਧਾ ਭੱਠੀ ਦੇ ਉੱਤੇ ਸੇਜ 'ਚ ਹੁੰਦਾ ਹੈਗਾ, ਅਤੇ ਇਹ ਬੈਂਡ ਵਾਲਾ ਲਾ ਕੇ ਪਾਈ, ਉਹ ਭੱਠੀ ਬੈਂਡ ਵਾਲਾ ਕੀ ਪਾਈਪ ਕਹਿੰਦੇ ਹੈਗੇ, ਉਹ ਲਾ ਕੇ ਇਹਨੂੰ ਕਰਿਆ ਹੁੰਦਾ, ਫਿੱਟ ਕਰਿਆ ਹੁੰਦਾ, ਅਤੇ ਇਹਦੇ ਨਾਲ ਐਂ ਲਾ ਲਓ ਵੀ ਆਈ ਦੀ ਆ ਫਿਟਿੰਗ ਨਹੀਂ, ਬਾਕੀ ਸਾਰੇ ਸਰਾਖ ਤਾਂ ਸਹੀ ਆ ਗਏ, ਜਿਵੇਂ ਆਹ ਸਰਾਖ ਹੈ ਇਹਦਾ ਵੀ ਸੈਂਟਰ ਆ ਗਿਆ, ਠੀਕ ਹੈ, ਕਿਉਂਕਿ ਇਹਦਾ ਸੈਂਟਰ ਵੀ ਐਤਕੀ ਇਹਦੀ ਫਿਟਿੰਗ ਸਾਰੀ ਅਸੀਂ ਆਪ ਕੀਤੀ ਹੈ। ਪਹਿਲਾਂ ਜਦੋਂ ਆਪਾਂ ਅੱਗੇ ਤੋਂ ਹੋਰ ਕਰਵਾਉਂਦੇ ਹੈਗੇ ਤਾਂ ਆਹ ਚੀਜ਼ਾਂ ਦੀ ਬਾਅਦ 'ਚੋਂ ਬੋਡੀ 'ਚ ਦਿੱਕਤ ਆ ਜਾਂਦੀ, ਇਸ ਕਰਕੇ ਇਹਦੀ ਫਿਟਿੰਗ ਆਪਣੇ ਹੱਥੀਂ ਕਰਨ ਲੱਗ ਗਏ ਆਪਾਂ, ਬਹੁਤ ਸਟੇਰਿੰਗ ਦੀ, ਅਤੇ ਇਹਦੀ ਵੀ ਸਾਰੀ ਸਹੀ ਹੈ ਫਿਟਿੰਗ, ਇਹਦੀ ਫਿਟਿੰਗ 'ਚ ਹਲਕਾ ਜਿਹਾ ਫਰਕ ਆ ਰਿਹਾ, ਅਤੇ ਉਹਨੂੰ ਹੀ ਕੱਢਣ ਲਈ ਜੋੜ ਲੱਗਿਆ ਹੋਇਆ, ਤਾਂ ਕਰਕੇ ਹਾਲੇ ਭੱਠੀ ਇੱਕ ਵਾਰ ਟੈਂਪਰੇਰੀ ਲਈ ਹੋਈ ਹੈਗੀ। ਅਤੇ ਇਹਦੀ ਬਾਕੀ ਦੀ ਫਿਟਿੰਗ ਇਹਦੀ ਹੋ ਚੁੱਕੀ ਹੈਗੀ, ਅਤੇ ਹੈੱਡਲਾਈਟਾਂ ਲੱਗ ਚੁੱਕੀਆਂ ਨੇਗੀਆਂ, ਹੈੱਡਲਾਈਟਾਂ ਮੇਰੇ ਹਿਸਾਬ ਨਾਲ ਮੈਨੂੰ ਚੇਂਜ ਨਾ ਕਰਨੀਆਂ ਪੈਣ, ਇਹਨਾਂ ਨੇ ਇੱਕ ਹਲਕੀ ਜਿਹੀ ਮੈਨੂੰ ਪ੍ਰੋਬਲਮ ਲੱਗ ਰਹੀ ਹੈਗੀ, ਸ਼ਾਇਦ ਵੱਡੀਆਂ ਜਾਂ 'ਚ ਇਹੀ ਰਹੀਆਂ ਨੇ, ਛੋਟੀਆਂ ਜਾ ਰਹੀਆਂ ਨੇਗੀਆਂ। ਅਤੇ ਬਾਕੀ ਫਰੰਟ ਗ੍ਰਿਲ ਲਗਾ ਦਿੱਤੀ ਹੈਗੀ, ਫਿਟਿੰਗ ਇਹਦੀ ਟੈਂਪਰੇਰੀ ਸਾਰਾ ਕੁਝ ਕਰਕੇ ਦੇਖ ਲਏਗਾ, ਅਤੇ ਕੱਲ੍ਹ ਮੇਰੇ ਹਿਸਾਬ ਨਾਲ ਇਹਨੇ ਸਟਾਰਟ ਹੋ ਜਾਣਾ, ਪਰਸੋਂ ਨੂੰ ਇਹਦੀ ਵਾਇਰਿੰਗ ਹੋ ਜਾਣੀ ਹੈ, ਅਤੇ ਉਸ ਤੋਂ ਬਾਅਦ ਇਹਦੇ ਰਹਿੰਦੇ ਹੁੰਦੇ ਕੰਮ, ਬਸ ਇਹਦੇ ਫਿਰ ਗੇੜੀਆਂ ਸ਼ੁਰੂ ਹੋ ਜਾਣੀਆਂ ਨੇ। ਇੱਕ ਯਾਰ ਉਹ ਦੂਸਰੀਆਂ ਸੀਟਾਂ ਮੈਨੂੰ ਮਿਲ ਨਹੀਂ ਰਹੀਆਂ ਹੈਗੀਆਂ, ਇੱਕ ਮੈਂ ਸੀਟ ਜਿਹੜੀ ਆਪਣੀ ਹੁੰਦੀ ਹੈ ਹਾਈਡਰੋਲਿਕ ਵਾਲੀ, ਕਿਹੜੀ ਕਹਿੰਦੇ ਆਪਾਂ ਤਾਰ ਵਾਲੀ ਸੀਟ, ਜਿਹੜੀ ਵਧੀਆ 'ਚ ਇੱਕ ਹੋਰ ਆਉਂਦੀਆਂ ਨੇਗੀਆਂ, 46,000 ਰੁਪਏ ਦੀ ਸੀਟ ਸੀ, ਮੈਂ ਪਤਾ ਕਰ ਰਿਹਾ ਸੀਗਾ, ਪਰ 43 ਪਤਾ ਨਹੀਂ 46,000 ਰੁਪਏ ਦੀ ਇਕੱਲੀ ਸੀਟ, ਉਹਦੀ ਆਹ ਟੂ ਵੀ ਅੱਗੇ ਪਿੱਛੇ ਹੁੰਦੀ ਹੈ, ਇਹ ਵੀ ਅੱਗੇ ਉਹ ਅੱਗੇ ਪਿੱਛੇ ਹੁੰਦੀ ਹੈ, ਅਤੇ ਆਰਮ ਰੈਸਟ ਹੁੰਦੇ ਨੇਗੇ, ਅਤੇ ਉਹ ਵਾਲੀ ਤਾਰ ਲੱਗੀ ਹੁੰਦੀ ਹੈਗੀ, ਉਹ ਵਾਲੀ 46,000 ਰੁਪਏ ਦੀ ਮੈਨੂੰ ਨਵੀਂ ਸੀਟ ਪੈ ਰਹੀ ਸੀ, ਮੈਂ ਕਿਹਾ ਬਾਈ ਰਹਿਣ ਦਿਓ, ਦੇਖਾਂਗੇ ਜੇ ਕਿਸੇ ਭਰਾ ਨੇ ਮੰਗਵਾਉਣੀ ਹੋਈ ਤਾਂ ਉਹਨਾਂ ਨੂੰ ਮੰਗਾ ਕੇ ਦੇ ਦਾਂਗੇ। ਅਤੇ ਉਹ ਬਾਹਰਲੀਆਂ ਸੀਟਾਂ, ਬਾਹਰਲੀ ਸੀਟ ਸੀਗੀ ਤਾਂ ਕਰਕੇ ਇੰਨੀ ਮਹਿੰਗੀ ਸੀ, ਜਿਹੜੀ ਆਪਾਂ ਮੰਗਵਾਉਣੀ ਹੁੰਦੀ ਉਹ ਆਪਾਂ ਨੂੰ ਮਿਲ ਨਹੀਂ ਰਹੀ ਹੈਗੀ ਹਲੇ, ਬਹੁਤ ਮਹਿੰਗੀਆਂ ਸੀਟਾਂ ਨੇ ਯਾਰ। ਅਤੇ ਬਾਕੀ ਇਹਦੀ ਸਾਰੀ ਫਿਟਿੰਗ ਫੁਟਿੰਗ ਹੋ ਚੁੱਕੀ ਹੈਗੀ, ਮੈਨੂੰ ਲੱਗਦਾ ਪੈਡਲ ਹਾਂ ਹੋ ਗਿਆ, ਪੈਡਦਾਨ ਹੋ ਗਏ, ਕੰਪਲੀਟ, ਬਾਕੀ ਲਗਭਗ 70% ਕੰਮ ਹੋ ਹੀ ਗਿਆ, ਫਿਰ ਇੱਧਰਲੇ ਪੈਡਦਾਨ ਵੀ ਹੋ ਗਏ, ਪੈਡਲ ਹੋ ਗਏ, ਵਾਟਰ ਸਪਰੇਟਰ ਲਾਤਾ ਇਹਦੇ, ਬਾਕੀ ਜਿੰਨੇ ਵੀ ਹੋਰ ਗੱਲੀ ਗੱਲੀ ਛੋਟੀ ਛੋਟੀ ਡਿਟੇਲਿੰਗ 'ਤੇ ਕੰਮ ਪੂਰਾ ਚੱਲ ਰਿਹਾਗਾ। ਅਤੇ ਇੱਕ ਆਪਣਾ ਜਿਹੜਾ ਇੱਕ ਹੋਰ ਟਰੈਕਟਰ ਦਾ ਤੁਹਾਨੂੰ ਮੈਂ ਕਿਹਾ ਸੀ ਵੀ ਆਪਾਂ ਚੋਰੀ ਚੋਰੀ ਕੰਮ ਕਰ ਰਹੇ ਸੀਗੇ, ਉਹ ਟਰੈਕਟਰ ਦਾ ਵੀ ਇੰਜਨ ਬਲੋਕ, ਉਹਦੇ ਇੰਜਨ ਬਲੋਕ, ਉਹ ਕਲੱਚ ਸਾਰਾ ਅਟੈਚ ਹੋ ਗਿਆ ਹੈਗਾ ਟਰੈਕਟਰ ਦੇ ਨਾਲ, ਅਤੇ ਉਹਦਾ ਕੱਲ੍ਹ ਨੂੰ ਹਿੱਸਾ ਲੱਗ ਜਾਣੇਗਾ, ਅਤੇ ਨਹੀਂ ਕੱਲ੍ਹ ਨੂੰ ਇੰਜਨ ਬਿਲਡ ਉਹ ਬੰਨ ਦੇਣਾ ਉਹਦਾ ਚੰਗੀ ਤਰ੍ਹਾਂ, ਅਟੈਚ ਕਰਤਾ ਉਹਦੇ ਨਾਲ, ਅਤੇ ਹੁਣ ਨਹੀਂ ਰਹੇਗਾ, ਮੈਂ ਤਾਂ ਤੁਹਾਨੂੰ ਦਿਖਾ ਨਹੀਂ ਸਕਦਾ ਉੱਥੇ। ਅਤੇ ਬਾਕੀ ਕੱਲ੍ਹ ਨੂੰ ਉਹਦਾ ਹੋਰ ਕੰਮ ਹੋ ਜਾਣੇ ਨੇ, ਇੰਜਨ ਉਂਜਨ ਦੇ, ਇੰਜਨ ਫਿੱਟ ਹੋ ਜਾਣੇਗਾ, ਅਤੇ ਉੱਪਰਲਾ ਸਾਰਾ ਹੈੱਡ ਧਰਿਆ ਜਾਣੇਗਾ, ਅਤੇ ਉਸ ਤੋਂ ਬਾਅਦ ਪਰਸੋਂ ਨੂੰ ਉਮੀਦ ਹੈ ਵੀ ਉਹਦਾ ਫਰੰਟ ਹਿੱਸਾ ਲੱਗ ਜੇ, ਅਤੇ ਉਹਦੇ ਬਾਰੇ ਕੱਲ੍ਹ ਨੂੰ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਆਪਾਂ ਤੁਹਾਨੂੰ। ਅਤੇ ਇੱਕ ਆਹ ਦੇਖੋ ਜਿਹੜਾ ਇਹਦਾ ਆਹ ਲੱਗ ਚੁੱਕਿਆ ਹੈਗਾ, ਇਹਦਾ ਆਪਣੇ ਹਰਦੀਪ ਬਾਈ ਵਾਲੇ ਦਾ ਮੁੱਠੇ ਆਪਾਂ ਨੇ ਮੰਗਾਏ ਹੋਏ ਸੀਗੇ, ਅਤੇ ਆਪਣੇ ਕੋਲ ਪਹੁੰਚ ਚੁੱਕੇ ਨੇਗੇ, ਆਪਣਾ ਪੂਰਾ ਇਹ ਕਵਰ ਗੇਅਰ ਵਾਲਾ ਡੱਬਾ ਕਹਿੰਦੇ ਇਹਨੂੰ, ਇਹ ਪਹੁੰਚ ਚੁੱਕਿਆ ਹੈਗਾ, ਆਰ ਬੀ ਡੋਲ ਪਹੁੰਚ ਚੁੱਕਿਆ ਹੈਗਾ, ਇਹਦਾ ਪੰਪ ਪਹੁੰਚ ਚੁੱਕਿਆ ਮੂਹਰਲਾ ਨਵਾਂ, ਇਹ ਵੀ ਇਹ ਸਾਰੀ ਫਿਟਿੰਗ ਵੀ ਆਪਾਂ ਨੇ ਆਪ ਪਾਵਰ ਸਟੇਰਿੰਗ ਦੀ ਕਰਕੇ, ਆਪਣੇ ਆਪਾਂ ਨੂੰ ਇਕੱਲੀ ਬਸ ਪਾਈਪਾਂ ਦੀ ਫਿਟਿੰਗ ਦੀ ਦਿੱਕਤ ਆ ਰਹੀ ਹੈ, ਹੋਰ ਸਾਰਾ ਕੰਮ ਆਪਣੇ ਆਪਦੇ ਹੱਥੀਂ ਉਰੇ ਕਰ ਰਹੇ ਹੈਗੇ, ਅਤੇ ਤਸੱਲੀ ਨਾਲ ਵੀ ਹੁੰਦਾ ਯਾਰ, ਆਪਦੇ ਹੱਥੀਂ ਕਰੇ ਦੀ ਤਸੱਲੀ ਵੀ ਹੁੰਦੀ ਹੈਗੀ, ਅਤੇ ਬਾਕੀ ਹੋਰ ਸਾਰੇ ਕੰਮ ਇਹਦੇ ਨਾਲ ਨਾਲ ਹੋਈ ਜਾ ਰਹੇ ਨੇਗੇ। ਅਤੇ ਇਹਦਾ ਬਸ ਹੁਣ ਇਕੱਲਾ ਆਪਣੇ ਉੱਪਰਲਾ ਸਟੇਰਿੰਗ ਰੋਡ ਵੀ ਆਪਾਂ ਖਰੀਦ ਲਏ, ਆਰ ਬੀ ਡੋਲ ਵੀ ਖਰੀਦ ਲਏ, ਸਾਰਾ
ਅਤੇ ਟੈਂਕੀ 1000 ਰੁਪਏ ਦੀ ਟੈਂਕੀ ਹੁੰਦੀ ਹੈ ਸਾਰੀ, ਜਿਹੜੀ ਨਵੀਂ ਟੈਂਕੀ ਹੁੰਦੀ ਹੈ ਉਹ ਜਿਹਦੇ ਤੇਲ ਵਾਲੀ ਟੈਂਕੀ ਲੱਗਣੀ ਹੈ ਅਤੇ ਬਾਕੀ ਸਾਰਾ ਕੁਝ ਓਕੇ ਆ। ਅਤੇ ਇਹਦੀ ਇਹਨੂੰ ਕੱਲ੍ਹ ਨੂੰ ਕੱਢਦੇ ਹਾਂ ਬਸ, ਬਾਹਰ ਸਟਾਰਟ ਕਰਕੇ ਇਹਨੂੰ ਕੱਲ੍ਹ ਨੂੰ ਬਾਹਰ ਕੱਢ ਦੇਣਾ ਆਪਾਂ ਨੇ। ਅਤੇ ਇਹਦਾ ਇੱਕ ਨਾ ਟਰਾਲੀਆਂ ਦੀਆਂ ਪਾਈਪਾਂ ਹੁੰਦੀਆਂ ਨੇ, ਮੈਂ ਸੋਚ ਰਿਹਾ ਸੀਗਾ ਵੀ ਆਪਾਂ ਨਾ ਇੱਕ ਟਰਾਲੀ ਵਾਲੀਆਂ ਜਿਹੜੀਆਂ ਹਾਈਡ੍ਰੋਲਿਕ ਵਾਲੀਆਂ ਪਿਛਲੀਆਂ ਪਾਈਪਾਂ ਜਾਂਦੀਆਂ ਨੇਗੀਆਂ ਵੀ ਉਹਨਾਂ ਨੂੰ ਆਪਾਂ ਇੱਕ ਵਾਰ ਆਪ ਪਲਾਸਟਿਕ ਵਾਲੀਆਂ ਪਾਈਪਾਂ ਪਾ ਕੇ ਉਹਨੂੰ ਸਟਾਰਟ ਕਰਕੇ ਲਾ ਲਿਆ ਕਰੀਏ। ਅਤੇ ਜਿਹੜੀ ਉਹ ਪ੍ਰੋਪਰ ਫਿਟਿੰਗ ਵਾਲੀ ਚੀਜ਼ ਹੁੰਦੀ ਹੈ ਉਹ ਆਪਾਂ ਫਿਰ ਬਾਅਦ 'ਚੋਂ ਵੀ ਉੱਥੇ ਤੱਕ ਘੱਟੋ ਘੱਟ ਸਟਾਰਟ ਕਰਕੇ ਆਪਾਂ ਲੈ ਕੇ ਜਾਣ ਜੋਗੇ ਤਾਂ ਹੋਈਏ, ਕਹਿਣ ਦਾ ਮਤਲਬ ਵੀ ਆਪਾਂ ਲੈ ਕੇ ਉੱਥੇ ਜਾ ਸਕੀਏ ਅਤੇ ਉੱਥੋਂ ਬਾਅਦ 'ਚ ਉਹ ਫਿਟਿੰਗ ਕਰਵਾ ਕੇ ਪਲਾਸਟਿਕ ਵਾਲੀ ਪਾਈਪਾਂ ਫੇਰ ਲਿਆਏ ਅਗਲੇ ਟਰੈਕਟਰ 'ਤੇ ਫਿਰ ਐਵੇਂ ਕੀਤਾ। ਅਤੇ ਉਹ ਚੀਜ਼ਾਂ ਆਪਾਂ ਮੈਂ ਲੱਭ ਰਿਹਾਗਾ ਕੱਲ੍ਹ ਨੂੰ ਸ਼ਾਇਦ ਉਹ ਮਿਲ ਜੇ, ਤਾਂ ਕਰਕੇ ਇਹ ਟਰੈਕਟਰ ਉਦਣ ਦਾ ਉਰੀ ਖੜੇਗਾ। ਬਾਕੀ ਇਹਦੀ ਲੁੱਕ ਮੈਨੂੰ ਬਹੁਤ ਸੋਹਣੀ ਲੱਗੀ ਬਾਈ, ਇਹਦੀ ਲੁੱਕ ਤਾਂ ਸਿਰੇ ਹੀ ਹੋ ਗਿਆ ਕੰਮ ਜਿਹਾ, ਫਰੰਟ ਵੀ ਲੁੱਕ ਘੈਂਟ ਲੱਗ ਰਹੀ ਹੈ ਬਾਈ ਅਲੱਗ ਜੀ। ਆਹ ਵਾਲੇ ਟਾਇਰ ਆਪਾਂ ਪਹਿਲੀ ਵਾਰ ਪਾਏ ਨੇ, ਅਲੱਗ ਜੀ ਗੱਲਬਾਤ ਹੋ ਗਈ, ਬਹੁਤ ਸੋਹਣਾ ਕੰਮ ਹੈ। ਅਤੇ ਵੀਰੇ ਇਸੇ ਤਰੀਕੇ ਨਾਲ ਪਿਆਰ ਬਣਾਈ ਰੱਖੋ, ਕਮੈਂਟ ਕਰਦਿਆ ਕਰੋ ਅੱਜ ਦੀ ਵੀਡੀਓ ਕਿਵੇਂ ਲੱਗੀ, ਸਾਰੀ ਡਿਟੇਲ ਜਿਵੇਂ ਮੈਂ ਦਿੱਤੀ ਹੈਗੀ ਹੇਅਰ ਟਰਾਂਸਪਲਾਂਟ ਬਾਰੇ ਵੀ। ਤੁਹਾਨੂੰ ਜੇ ਕੋਈ ਜਾਣਕਾਰੀ ਲੈਣੀ ਹੈ ਤਾਂ ਉਹਨਾਂ ਨੂੰ ਕਾਲ ਕਰ ਸਕਦੇ ਹੋ, ਨੰਬਰ ਉਹਨਾਂ ਦੇ ਮੈਂ ਦੱਸ ਹੀ ਦਿੱਤੇ ਵੀਡੀਓ ਦੇ ਵਿੱਚ। ਅਤੇ ਬਾਕੀ ਜੇ ਕੋਈ ਭਰਾ ਟਰੈਕਟਰ ਤਿਆਰ ਕਰਾਉਣਾ ਚਾਹੁੰਦਾ ਜਲਦੀ ਸੰਪਰਕ ਕਰ ਲਏ ਸਾਡੇ ਨਾਲ, ਜਿਨ੍ਹਾਂ ਕੋਲ ਸਾਡੇ ਨੰਬਰ ਹੈਗੇ ਨੇ, ਅਤੇ 2-4 ਟਰੈਕਟਰ ਹੋਰ ਫੜੀਏ ਅਤੇ ਕੰਮ ਹੋਰ ਖਿੱਚੀਏ। ਅਤੇ ਪਹਿਲਾਂ ਵਾਲੇ ਟਰੈਕਟਰਾਂ ਦੇ ਕੰਮ ਜਿੰਨੇ ਕੁ ਸਟੈਪ ਬਾਏ ਸਟੈਪ ਹੋਈ ਜਾ ਰਹੇ ਨੇਗੇ, ਸਲੋ ਹੋ ਰਹੇ ਨੇ, ਪਾਹਾ ਨਹੀਂ ਵੱਢ ਰਹੇ, ਪਰ ਰੀਝ ਲਾਈ ਹੋਈ ਹੈ। ਅਤੇ ਤੁਸੀਂ ਵੀ ਰੀਝ ਲਾਇਆ ਕਰੋ, ਰੀਝ ਲਾ ਕੇ ਲਾਈਕ ਕਰਿਆ ਕਰੋ, ਰੀਝ ਲਾ ਕੇ ਵਿਊ ਕਰਿਆ ਕਰੋ, ਰੀਝ ਲਾ ਕੇ ਸਬਸਕ੍ਰਾਈਬ ਕਰਿਆ ਕਰੋ ਸਾਡਾ ਚੈਨਲ। ਅਤੇ ਇਸੇ ਤਰੀਕੇ ਨਾਲ ਪਿਆਰ ਬਣਿਆ ਰੱਖੋ ਬਾਈ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਵੀਰੇ।